ए आकाशवाणी जिलंदरी खबरंग इस स्प्लिटन दे मैं अवतार सिंह टिलो सब तो पहला खास खबर प्रधानमंत्री नरेंद्र मोदी ने दुबई विच COP28 शिखर सम्मेलन दौरान वखरे तौर ते विश्व नेतावां नाल द्विवलीया मीटिंगा कीतीया ने ਸਰਕਾਰ ਨੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਪਾਰਲੀਮੈਂਟ ਦੇ ਸਰਦੀਆਂ ਦੀ ਰੋਦੇ ਸਮਾਗਮ ਤੋਂ ਪਹਿਲਾਂ ਅੱਜ ਨਵੀਂ ਦਿੱਲੀ ਚ ਇੱਕ ਸਰਪਾਰਟੀ ਮੀਟਿੰਗ ਕਰਦੀ ਹੈ। ਮਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਤੇ ਤੇਲੰਗਾਨਾ ਵਿੱਚ ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਭਲਕੇ ਹੋਏਗੀ। ਮਿਜ਼ੋਰਮ ਲਈ ਪਈਆਂ ਵੋਟਾਂ ਦੀ ਗਿਣਤੀ ਸੋਮਵਾਰ ਨੂੰ ਕੀਤੀ ਜਾਏਗੀ। ਵਿਕਸਤ ਪਾਰਸ ਸੰਕਲਪ ਯਾਤਰਾ ਨੂੰ ਲੋਕਾਂ ਨੇ ਸਰਕਾਰ ਦਾ ਵਧੀਆ ਉਪਰਾਲਾ ਦੱਸਿਆ ਤੇ ਕ੍ਰਿਕਟ ਵਿੱਚ ਭਾਰਤ ਨੇ ਚੌਥੇ 2020 ਅੰਤਰਰਾਸ਼ਟਰੀ ਮੈਚ ਵਿੱਚ ਆਸਟ੍ਰੇਲੀਆ ਨੂੰ ਵੀ ਤੋੜਾ ਨਾ ਹਰਾ ਕੇ ਪੰਜ ਮੈਚਾਂ ਦੀ ਰੜੀ ਤਿੰਨ ਇੱਕ ਨਾਲ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਨਫਰੰਸ ਆਫ ਪਾਰਟੀਆਂ 28 ਦੇ ਵਿਸ਼ਵ ਜਰਾਜੂ ਕਾਰਵਾਈ ਸਿਖਰ ਸੰਮੇਲਨ ਵਿੱਚ ਸਬਰਦਾਪੁਰੂ ਕੇਸਾਲਾਂ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ ਦਾ ਆਪਣਾ ਇੱਕ ਦਿਨਾਂ ਦੌਰਾਨ ਸਮਾਪਤ ਕੀਤਾ ਹੈ ਪ੍ਰਦੇਸ਼ ਮੰਤਰੀ ਅਲੀ ਦੇ ਬਲਾਰੀ ਰਿੰਦਵਾਗ ਕਿਹਾ ਕਿ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਆਲਮੀ ਨੇਤਾਵਾਂ ਨਾਲ ਨਤੀਜਾ ਕੁੰਨ ਰਜੀਮਿਆ ਅਧਿਆਲਮੀ ਜਲਵਾਯੂ ਕਾਰਵਾਈ ਨੂੰ ਤੇਜ਼ ਕਰਨ ਦੀ ਨੀਤਿ ਵਿਖਲੀਆਂ ਪੈਰਕਦਮੀਆਂ ਦੁਆਰਾ ਪ੍ਰਵਾਨਿਤ ਕੀਤਾ ਗਿਆ। ਆਪਣੇ ਯੂਏਈ ਦੌਰੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਲਵਾਯੂ ਤਬਦੀਲੀ ਦਾ ਆਲਮੀ ਦੱਖਣ ਦੇ ਦੇਸ਼ਾਂ 'ਤੇ ਬਹੁਤ ਪ੍ਰਭਾਵ ਪਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਲਮੀ ਦੱਖਣ ਦੀਆਂ ਸ਼ਾਮਾਂ ਨੂੰ ਪੂਰਾ ਕਰਨ ਲਈ ਜਲਵਾਯੂ ਕਾਰਵਾਈ ਦੀ ਰਕਮਾਂ ਜਟਾਉਣਾ ਤੇ ਤਕਨਾਲੋਜੀ ਜ਼ਰੂਰੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਬਾਰ ਇਸ ਸਿਮਿਤ ਆਲਮੀ ਦੱਖਣ ਦੇ ਦੇਸ਼ਾਂ ਦੀ ਜਲਵਾਯੂ ਤਬਦੀਲੀ ਵਿੱਚ ਛੋਟੀ ਭੂਮਿਕਾ ਹੈ ਪਰ ਉਨ੍ਹਾਂ ਉੱਤੇ ਜਲਵਾਯੂ ਤਬਦੀਲੀ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ। COP28 ਦੁਬਈ ਵਿੱਚ UAE ਦੀ ਪ੍ਰਧਾਨਗੀ ਹੇਠ 28 ਨਵੰਬਰ ਤੋਂ 12 ਦਸੰਬਰ ਤੱਕ ਕਰਾਇਆ ਜਾ ਰਿਹਾ ਹੈ 2015 ਵਿੱਚ ਪੈਰਿਸ ਤੇ 2021 ਵਿੱਚ ਗਲਾਸਕੋ ਦੇ ਦੌਰੇ ਤੋਂ ਬਾਅਦ ਵਿਸ਼ਵ ਜਲਵਾਯੂ ਕਾਰਵਾਈ ਸिखर ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਹੁਣ ਤੀਜੀ ਵਾਰ ਹਿੱਸਾ ਲਿਆ ਪ੍ਰਧਾਨ ਮੰਤਰੀ ਦੇ UAE ਦੌਰੇ ਦੌਰਾਨ ਭਾਰਤ ਅਤੇ ਸਵੀਡਨ ਨੇ ਦੁਬਈ ਵਿੱਚ ਇੰਡਸਟਰੀ ट्रांजिशन 2.0 ਲੀਡਰਸ਼ਿਪ ਗਰੁੱਪ ਦੀ ਸ਼ੁਰੂਆਤ ਆਰੰਭ ਕੀਤਾ ਇਸ ਦੌਰਾਨ UAE ਵੱਲੋਂ ਇੱਕ ਵਿਸ਼ੇਸ਼ ਵਿਖਾਰੇ ਵੱਜੋਂ ਸ਼੍ਰੀ ਮੋਦੀ ਨੂੰ COP28 ਦੇ ਰਸਮੀ ਉਦਘਾਟਨ ਮੌਕੇ ਬੋਲਣ ਦਾ ਸਨਮਾਨ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ COP28 ਸਿਖਰ ਸੰਮੇਲਨ ਦੀ ਸਫਲਤਾਪੂਰਵਕ ਮੇਜ਼ਬਾਨੀ ਲਈ UAE ਦੇ ਰਾਸ਼ਟਰਪਤੀ ਨੂੰ ਵਧਾਈ ਦਿੱਤੀ। ਸ਼੍ਰੀ ਮੋਦੀ ਨੇ UAE ਦੇ ਰਾਸ਼ਟਰਪਤੀ ਨੂੰ ਅਗਲੇ ਮਹੀਨੇ ਭਾਰਤ ਵਿੱਚ ਹੋਣ ਵਾਲੇ ਵਾਈਬਰੈਂਟ ਗੁਜਰਾਤ ਸੰਮੇਲਨ ਲਈ ਵੀ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਈ ਦੇ ਇਤਿਹਾਸਕ ਦੌਰੇ ਤੋਂ ਬਾਅਦ ਦੇਰ ਰਾਤ ਦਿੱਲੀ ਪਰਤ ਆਏ। ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਦबई ਵਿੱਚ ਕੌਪ 28 ਸਿਖਰ ਸੰਮੇਲਨ ਤੋਂ ਇਲਾਵਾ ਵਿਸ਼ਵਵੁਤਾਵਾ ਨਾਲ ਦਵਲੀਆਂ ਮੀਟਿੰਗਾਂ ਵੀ ਕੀਤੀਆਂ ਇਜ਼ਰਾਈਲ ਦੇ ਰਾਸ਼ਟਰਪਤੀ ਇਸਾਕ ਹੈਜ਼ਰੋਗ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ 7 ਅਕਤੂਬਰ ਨੂੰ ਹਮਾਸ ਦੇ ਹਮਲੇ ਵਿੱਚ ਹੋਏ ਜਾਨੀ ਨੁਕਸਾਨ ਤੇ ਸੋਗ ਪ੍ਰਗਟ ਕੀਤਾ ਤੇ ਬੰਦਕਾਂ ਦੀ ਰਾਜਤਾ ਸਵਾਗਤ ਕੀਤਾ ਮਾਨਵਤਾਵਾਦੀ ਸੈਟ ਅਿਸਰਕਟ ਸਪੁਰਦਗੀ ਦੀ ਜ਼ਰੂਰਤ ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਦੋਹਾਂ ਦੇਸ਼ਾਂ ਵਾਲੇ ਖਾਲ ਤੇ ਗੱਲਬਾਤ ਤੇ ਕੂਟਨੀਤੀ ਰਾਹੀਂ ਇਜ਼ਰਾਈਲ ਫਲਸਤੀਨ ਮੁੱਦੇ ਦੇ ਛੇਤੀ ਹੱਲ ਦੀ ਭਾਰਤੀ ਹਮਾਇਤ ਨੂੰ ਦੁਹਰਾਇਆ ਪ੍ਰਧਾਨ ਮੰਤਰੀ ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੀ ਨਾਲ ਮੁਲਾਕਾਤ ਕੀਤੀ ਜਵਫਕ ਖੇਤਰ ਵਿੱਚ ਭਾਰਤ ਅਤੇ ਮਾਲਦੀਵ ਦੇ ਦਰਮਿਆਨ ਦੋਸਤੀ ਨੂੰ ਵਧਾਉਣ ਦੇ ਢੰਗ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿਸੀਂ ਆਪਣੇ ਲੋਕਾਂ ਦੇ ਫਾਇਦੇ ਲਈ ਸਹਿਯੋਗ ਨੂੰ ਡੂੰਘਾ ਕਰਨ ਲਈ ਰਲ ਕੇ ਕੰਮ ਕਰਦੀ उम्मीद करते हैं प्रधानमंत्री ने फ्रांस के राष्ट्रपति इमेनल मैकरो न भी गलबात भारत फ्रांस दरम्यान सबंधा न मजबूत करने मैकरो जज्बे की उ प्रशंसा की प्रधानमंत्री मोदी ने संयुक्त अरब अमीरात स्वीडन तुरकी बारबाडोस गोयना इटली ब्राजील बरतानिया नीदरलैंड बेहरीन जॉर्डन तजाकिस्तान दे थोपिया के नेतावान भी गलबात श्री मोदी ने कहा कि उन्होंने संयुक्त अरब अमीरात के बली शेख मोहम्मद बिन जायद अल नाहिद निकल ਹਮੇਸ਼ਾ ਬੇहद ਖੁਸ਼ੀ ਹੁੰਦੀ ਹੈ ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਸਮਾਗਮ ਤੋਂ ਪਹਿਲਾਂ ਸਰਕਾਰ ਨੇ ਦੋਹਾਂ ਸਦਨਾਂ ਦੇ ਸਚਾਰੂ ਕੰਮ ਕਾਜ ਨੂੰ ਯਕੀਨੀ ਬਣਾਉਣ ਲਈ ਅੱਜ ਨਵੀਂ ਦਿੱਲੀ ਵਿੱਚ ਸਰ ਪਾਰਟੀ ਮੀਟਿੰਗ ਸੱਦੀ ਹੈ ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਲਾਦ ਜੋਸ਼ੀ ਸੰਸਦ ਦੇ ਦੋਹਾਂ ਸਦਨਾਂ ਵਿੱਚ ਸਿਆਸੀ ਲੀਡਰਾਂ ਸਿਆਸੀ ਪਾਰਟੀਆਂ ਦੇ ਲੀਡਰਾਂ ਨਾਲ ਮੀਟਿੰਗ ਕਰਨਗੇ ਸੰਸਦ ਦਾ ਸਰਦ ਰੁੱਤ ਸਮਾਗਮ 4 ਦਸੰਬਰ ਨੂੰ ਸ਼ੁਰੂ ਹੋਏਗਾ ਤੇ 22 ਦਸੰਬਰ ਤੱਕ ਚੱਲੇਗਾ 19 ਦਸੰਬਰ ਦੀ ਮਿਆਦ 19 ਦਿਨਾਂ ਦੀ ਮਿਆਦ ਵਿੱਚ ਕੁੱਲ 15 ਬੈਠਕਾਂ ਹੋਣਗੀਆਂ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਚੋਣ ਕਮਿਸ਼ਨ ਨੇ ਮਿਜ਼ੋਰਮ ਵਿਧਾਨ ਸਭਾ ਦੀਆਂ ਚੋਣਾਂ ਦੀ ਗਿਣਤੀ ਦੀ ਮਿਤੀ ਨੂੰ ਕੱਲ ਦੀ ਬਜਾਏ 4 ਦਸੰਬਰ ਤੇ ਕਰ ਦਿੱਤਾ ਹੈ ਕਮਿਸ਼ਨ ਨੇ ਗਿਣਤੀ ਦੀ ਤਰੀਕ ਨੂੰ ਬਦਲਣ ਦਾ ਫੈਸਲਾ ਵੱਖ-ਵੱਖ ਵਰਗਾਂ ਤੋਂ ਕਈ ਬੇਨਤੀਆਂ ਪ੍ਰਾਪਤ ਕਰਨ ਦੇ ਬਾਅਦ 3 ਦਸੰਬਰ ਨੂੰ ਐਤਵਾਰ ਹੋਣ ਕਰ ਲਿਆ ਜੋ ਮਿਜ਼ੋਰਮ ਦੇ ਲੋਕਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਇਸ ਤੋਂਨ ਮਧ ਪ੍ਰਦੇਸ਼ ਛੱਤੀਸਗੜ੍ਹ ਰਾਜਸਥਾਨ ਤੇ ਚਲੰਗਾਨਾ ਦੀ ਵੋਟਾਂ ਦੀ ਗਿਣਤੀ ਕੱਲ ਯਾਨੀ 3 ਦਸੰਬਰ ਨੂੰ ਕੀਤੀ ਜਾਏਗੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਸਵੇਰੇ Nagpur ਵਿੱਚ ਰਾਸ਼ਟ ਸੰਤ ਤੁਗਲੋਜੀ ਮਹਾਰਾਜ Nagpur ਯੂਨੀਵਰਸਿਟੀ ਦੇ 111ਵੇਂ ਕਨਵੋਕੇਸ਼ਨ ਨੂੰ ਸੰਬੋਧਨ ਕਰਨ ਗਈ। ਸਮਾਰੋਹ ਵਿੱਚ ਕੇਂਦਰੀ ਸੜਕਾਵਾੜੀ ਤੇ ਸ਼ਹਿਰਾ ਮੰਤਰੀ ਨਿਤਿਨ ਗੜਕਰੀ ਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦਵਿੰਦਰ ਫਣ ਵੀ ਮੌਜੂਦ ਰਹੇਗੇ। उपराष्ट्रपति जगदीप धनखड़ अज नवी दिल्ली में इस साल का वकारी डॉ राजिन्द्र प्रसाद यादगारी भाषण देने इस साल का विषय आर्थिक महाशक्ति के रूप में भारत का यह प्रोग्राम नवी दिल्ली आकाशवाणी हैवन दे ब्रॉडकास्टिंग हाउस के रंग भवन आडीटो के गह त सहकारिता मंत्री अमित शाह ने कह कि विकसित भारत संकल्प यात्रा दो हजार संताली तक आत्म निर्भर भारत के टीचे प्राप्त करने एक लंदोलन है ਮંત્રી ਚੰਦੂ ਬਾਬੂ ਵਿਖੇ ਵਿਕਸਿਤ ਭਾਰਤ ਸੰਕਲਪ ਯਾਤਰਾ ਪ੍ਰੋਗਰਾਮ ਵਿੱਚ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ਵਿੱਚ ਬੀਤੀ ਸ਼ਾਮ ਸ਼੍ਰੀ ਸ਼ਾਣੀਕੇ ਅਕ ਸਰਕਾਰੀ ਯਕੀਨੀ ਬਣਾ ਲਈ ਸਖਤ ਮਿਹਨਤ ਕਰ ਰਹੀਏ ਕਿ ਸਾਰੀਆਂ ਕल्याणकारी ਯੋਜਨਾਵਾਂ ਦਾ ਲਾਭ ਲੋਕਾਂ ਤੱਕ ਆਖਰੀ ਮੀਲ ਤੱਕ ਪਹੁੰਚੇ ਤੇ ਦੇਸ਼ ਦਾ ਕੋਈ ਵੀ ਗਰੀਬ ਵਿਕਾਸ ਦੇ ਸਫ਼ਰ ਵਿੱਚ ਪਿੱਛੇ ਨਾ ਰਹੇ ਉਨਾ ਕਿ ਆ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਨਹੀਂ ਸਰਕਾਰ ਦਾ ਟੀਚਾ ਦੇਸ਼ ਪਰ ਵੀ ਸਰਕਾਰ ਤੇ ਸਾਰੇ ਵੱਡੀ ਪ੍ਰੋਗਰਾਮਾਂ ਦੀ 100% ਸੰਤੁਸ਼ਟੀ ਪ੍ਰਾਪਤ ਕਰਨਾ ਹੈ ਦੋ ਦਿਨਾਂ ਗੁਜਰਾਤ ਦੌਰੇ ਤੇ ਆਏ ਸ਼੍ਰੀ ਸ਼ਾ ਅਲਸਵੇਰੀ ਸੋਮਨਾਥ ਮੰਦਰ ਵਿੱਚ ਪੂਜਾ ਕਰਨਗੇ ਇਸ ਤੋਂ ਬਾਅਦ ਉਹ ਜੂਨਾਗੜ ਦੇ ਗਿਰਦੀ ਤਲਹਟੀ ਤੇ ਰੂਪਇਤਨ ٹرسٹ ਦੁਆਰਾ ਆਯੋਜਿਤ ਨਿਰੂਪਮ ਨਾਨਾਵਤੀ ਦੇ ਜਨਮ ਸ਼ਤਾਬਦੀ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ ਮੰਤਰੀ ਦੁਪਹਿਰ ਨੂੰ ਅਹਮਦਾਬਾਦ ਦੇ ਸਾਇੰਸ ਸਿਟੀ ਵੇਖੇ ਹੋਣ ਵਾਲੇ ਮਤੀ ਕਲਾ ਉਤਸਵ ਵਿੱਚ ਵੀ ਹਿੱਸਾ ਲੈਣਗੇ ਵਿਕਸਿਤ ਪਾਰਸ ਸੰਕਲਪ ਯਾਤਰਾ ਤਹਿਤ ਗੁਰਦਾਸਪੁਰ ਜ਼ਿਲ੍ਹੇ ਦੇ ਬਰਾਖਦੀਨਾਂ ਨਗਰ ਦੇ ਪਿੰਡ ਦਲੇਰਪੁਰ ਵਿਖੇ ਕਲ ਵੱਖ-ਵੱਖ ਵਿਭਾਗਾਂ ਵੱਲੋਂ ਕੈਂਪ ਲਗਾਇਆ ਗਿਆ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਲਗਾਏ ਮੈਡੀਕਲ ਚੈੱਕਅਪ ਕੈਂਪ ਵਿੱਚ ਲੋਕਾਂ ਦੀ ਬੀਪੀ ਸ਼ੂਗਰ ਤੇ ਖੂਨ ਦੀ ਜਾਂਚ ਕੀਤੀ ਗਈ ਟੀਮ ਨੇ ਗੈਰ ਸੰਚਾਰੀ ਬਿਮਾਰੀਆਂ ਦਾ ਚੈੱਕਅਪ ਵੀ ਕੀਤਾ ਤੇ ਲੋਕਾਂ ਨੂੰ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਾ ਲਈ ਜਾਗਰੂਕ ਕੀਤਾ ਗਿਆ ਕਈ ਯੋਜਨਾਵਾਂ ਦੇ ਲਾਭਪਾਤਰੀਆਂ ਨੇ ਯੋਜਨਾਵਾਂ ਦਾ ਲਾਭ ਮਿਲਣ ਤੇ ਮੋਦੀ ਸਰਕਾਰ ਦਾ ਧੰਨਵਾਦ ਕੀ ਕੈਂਪ ਲਗਾਇਆ ਤੇ ਇਹਦੇ ਵਿੱਚ ਮੈਂ ਆਇਆ ਕਾਰਡ ਬਣਾਉਣ ਲਈ 5 ਲੱਖ ਵਾਲਾ ਤੇ ਮੇਰਾ ਕਾਰਡ ਬਣ ਗਿਆ ਤੇ ਮੈਂ ਬਾਕੀ ਲੋਕਾਂ ਨੂੰ ਵੀ ਅਪੀਲ ਕਰਦਾ ਤੇ ਕਾਰਡ ਬਣਾਓ ਤੇ ਇਹਦਾ ਫਾਇਦਾ ਲੋ ਪਿੰਡ 'ਚ ਕੈਂਪ ਚਲਾਇਆ ਜਾ ਰਿਹਾ ਜਿਹਦੇ ਵਿੱਚ ਆਯੂਸ਼ਮਾਨ ਕਾਰਡ ਬਣਦੇ ਪਏ ਨੇ ਤੇ ਨਾਲ ਇਹ ਆ ਕਿ ਸਾਨੂੰ ਕੱਲ ਨੂੰ ਕੋਈ ਮੈਡੀਕਲ ਦੀ ਪ੍ਰੋਬਲਮ ਆਂਦੀ ਹੈ ਤੇ ਸਰਕਾਰ ਵੱਲੋਂ ਸਾਨੂੰ 5 ਲੱਖ ਤੱਕ ਦੀ ਵਿੱਤੀ ਜਿਹੜੀ ਸਹਾਇਤਾ ਉਹ ਦਿੱਤੀ ਜਾਂਦੀ ਹੈ ਸੀ ਇੱਥੇ ਆਯੂਸ਼ਮਾਨ ਕਾਰਡ ਬਲਵਾਣ ਆਏ ਆ ਤੇ ਸਾਨੂੰ ਇੱਥੋਂ ਬਾਹਰ ਨਹੀਂ ਜਾਣੇ ਪਿਆ ਮੋਤੀ ਸਰਕਾਰ ਦਾ ਹੀ ਧੰਨਵਾਦ ਕਰਦੇ ਆ ਕਿ ਸਾਡੇ ਪਿੰਡਾਂ ਦੇ ਵਿੱਚ ਹੀ ਆਇਆ ਸਭ ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਮੋਹਾਲੀ ਜ਼ਿਲ੍ਹੇ ਦੇ ਮਾਦਰੀ ਬਲਾਕ ਤੇ ਪਿੰਡ ਮਸਤਗੜ ਤੇ ਪਾਂਸੇਪੂਰ ਵਿਖੇ ਭਲਾਈ ਸਕੀਮਾਂ ਬਾਰੇ ਜਾਣੂ ਕਰਾਉਣ ਤੇ ਲਾਭਪਾਤਰੀਆਂ ਨੂੰ ਸੇਵਾਵਾਂ ਦੇਣ ਲਈ ਵਿਭਾਗਾਂ ਨੇ ਕੈਂਪ ਲਗਾਇਆ ਲਾਭਪਾਤਰੀਆਂ ਨੇ ਯੋਜਨਾਵਾਂ ਮਤਲਬ ਲਾਭ ਮਿਲਣ ਤੇ ਖੁਸ਼ੀ ਪ੍ਰਗਟਾਈ ਅਸੀਂ ਜਿੰਨੇ ਰੇਗਮ ਕੰਮ ਕਰਦੇ ਦਿਹਾੜੀ ਬਹੁਤ ਅੱਛੀ ਹੈ ਜਿਸਾਨੂੰ ਦਿਹਾੜੀ ਨਹੀਂ ਮਿਲਦੀ ਆਰਾਮ ਨਾਲ ਕੰਮ ਕਰਦੇ ਬੱਚਿਆਂ ਰੋਟੀ ਦਿੰਦੇ ਘਰ ਵੀ ਆਂਦੇ ਜੀ ਨਰੇਗਮ ਕੰਮ ਕਰਦੇ ਆ ਜੀ ਸਾਡਾ ਕੋਈ ਕੁਮੜੇ ਵਾਲਾ ਨਹੀਂ ਜੀ ਹੈ ਠੀਕ ਹੈ ਜੀ ਆਪੇ ਕੱਲ੍ਹੋਂ ਰਹਿਣ ਵਾਲੇ ਐ 303 ਦਿਹਾੜੀ ਆ ਜੀ ਪੈਸੇ ਹੀ ਟਾਈਮ ਕੇਰਟਾ ਮੰਗਦੇ ਵੀ ਅਸੀਂ ਆਪਣਾ ਰਾਮ ਦਾ ਕੰਮ ਕਰਦੇ ਆਂ ਵੱਡੇ ਪੇ ਦਾ 303 ਰੁਪਏ ਦਿਹਾੜੀ ਆ ਜੀ ਅਸੀਂ ਆਪਣੇ ਬੱਚਿਆਂ ਨੂੰ ਵੀ ਦੇਖਦੇ ਆਂ ਜੀ ਆਖੇ ਬੱਚਿਆਂ ਨੂੰ ਰੋਟੀ ਪਾਣੀ ਵੀ ਜੰਨੇ ਆਂ cricket ਵਿੱਚ ਭਾਰਤ ਨੇ ਬੀਤੀ ਰਾਸ ਰਾਜਪੁਰ ਦੇ ਸ਼ਹੀਦ ਵੀਰ ਨਰਿੰਦਰ ਸਿੰਘ ਅੰਤਰਰਾਸ਼ਟਰੀ cricket ਸਟੇਡੀਅਮ ਵਿੱਚ ਆਸਟ੍ਰੇਲੀਅਨ 우ਬੀ ਦੌੜਾ ਨਾ ਹਰਾ ਕੇ ਪੰਜ ਮੈਚਾਂ ਦੀ 2020 ਅੰਤਰਰਾਸ਼ਟਰੀ ਲੜੀ 3 ਇੱਕ ਦੇ ਫਰਕ ਨਾਲ ਜਿੱਤ ਲਈ ਭਾਰਤ ਨੇ ਤਿਰੰਭਾਪੁਰਮ ਤੇ ਵਿਸ਼ਾਖਾਪਟਨਮ ਵਿੱਚ ਖੇਡੇ ਗਏ ਪਹਿਲੇ 2 ਮੈਚ ਜਿੱਤੇ ਪਰ ਗੁਹਾਟੀ ਵਿੱਚ 3 ਮੈਚ ਵਿੱਚ ਹਾਰ ਗਿਆ ਸੀ ਜਿੱਦ 175 ਦੌੜਾਂ ਦੇ ਪਿੱਛੇ ਦਾ ਪਿੱਛਾ ਕਰਦੇ ਹੋ ਅਸਟ੍ਰੇਲੀਆ ਨੇ 20 ਓਵਰਾਂ ਵਿੱਚ 7 ਵਿਕਟਾਂ ਤੇ 154 ਦੌੜਾਂ ਬਣਾਈਆਂ ਬੱਲੇਬਾਜ਼ੀ ਕਰਦੇ ਭਾਰਤ ਨੇ ਨਿਰਧਾਰਤ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ਤੇ ਕੁਲ 174 ਦੌੜਾਂ ਬਣਾਈਆਂ ਸੀਰੀਜ਼ ਦਾ ਆਖਰੀ ਮੈਚ ਐਤਵਾਰ ਨੂੰ ਭਾਰਤੀ ਸਮੇਂ ਸਰ ਸ਼ਾਮੀ 7 ਵਜੇ ਬੈਂਗਲੁਰੂ ਦੇ ਐਮ ਚਨਾ ਸੁਆਮੀ ਸਟੇਡੀਅਮ ਵਿੱਚ ਖੇਡਿਆ ਜਾਏਗਾ ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਬਈ ਵਿੱਚ COP28 ਸਿਖਰ ਸੰਮੇਲਨ ਦੌਰਾਨ ਬਖਰੇ ਤੌਰ ਤੇ ਵਿਸ਼ੇਵਨਤਾਵਾਂ ਨਾਲ ਦਵਲੀਆਂ ਮੀਟਿੰਗਾਂ ਕੀਤੀਆਂ ਨੇ ਸਰਕਾਰ ਨੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਪਾਰਲੀਮੈਂਟ ਦੇ ਸਰਦੀਆਂ ਜਰੂਰ ਦੇ ਸਮਾਗਮ ਤੋਂ ਪਹਿਲਾਂ ਜ ਨਵੀਂ ਦਿੱਲੀ ਵਿੱਚ ਇੱਕ ਸਰਬ ਪਾਰਟੀ ਮੀਟਿੰਗ ਕਰਦੀ ਹੈ ਮੱਧ ਪ੍ਰਦੇਸ਼ ਛਤਿਸਗੜ ਰਾਜਸਥਾਨ ਤੇ తెలంగాణ ਵਿੱਚ ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਭਲਕੇ ਹੋएगी ਮਿਜ਼ੋਰਮ ਲਈ ਪਈਆਂ ਵੋਟਾਂ ਦੀ ਗਿਣਤੀ ਸੋਮਵਾਰ ਕੀਤੀ ਜਾਏਗੀ ਤੇ ক্রিকেট ਵਿੱਚ ਭਾਰਤ ਨੇ ਚੌਥੇ 2020 ਅੰਤਰਰਾਸ਼ਟਰੀ ਮੈਚ ਵਿੱਚ ਆਸਟ੍ਰੇਲੀਆ ਨੂੰ ਵੀਰੋੜਾ ਨਾ ਹਰਾ ਕੇ ਪੰਜ ਮੈਚਾਂ ਦੀ ਲੜੀ 3-1 ਦੇ ਫਰਕ ਨਾਲ ਜਿੱਤ ਲਈ ਇਸ ਦੇ ਨਾਲ ਹੀ ਆਗਾਸ਼ਵਾਨੀ ਜਲੰਧਰ ਤੋਂ ਖਬਰਾਂ ਦਾ ਅਪਡੇਟਨ ਖਤਮ ਹੁੰਦਾ ਹੈ